सत श्रीकाल जी, दैनिक सवेरा टीवी देख रहे हो, स्वागत है तुहाडा। वन नगर वन दे विच जिहड़ा आ इस वेले कैबिनेट मंत्री लालचंद कटारू चक पहुँच चुके ने, जिथे उन्होंने जिहड़ा अज उहदा उद्घाटन किया आ। उत्थे जिहड़े आ पंजाब दे कई सवाल ने, पंजाब नूं लै के जिहड़े आ कई सवाल जवाब ने, उन्हां नाल आपां गलबात करांगे। और दस देना चाहुंदे आ भई सीएम जो कि भगवंत मान सिंह उन्हां दे विआह तों बाद जिहड़ा उन्हां नूं मुबारकबाद देण तों बाद अपने हलके दे विच लौटे आ। पहलां तां उन्हां नाल गलबात करदे सर, बहुत स्वागत है दैनिक सवेरा दे विच, और पहलां बहुत मुबारकां आ सीएम साहब दे मैरिज दी। बिल्कुल जी, अज सीएम साहब दे सद्दे उत्ते चाह पानी पी के आए, लड्डू खा के आए, उन्हां दे विआह दे और वधाइयां मुबारकां भी दे के आए हैं। असीं अरदास करदे हां इस जोड़ी नूं चार चंद लगन, और पंजाब दे लोकां नूं जिहड़ियां उम्मीदां ने मानजोग मुख्यमंत्री जी तों, ਉਹ ਮਤਲਬ ਜਿਹੜੀਆਂ ਆਸਾਂ ਨੇ ਪੰਜਾਬ ਦੇ ਲੋਕਾਂ ਦੀਆਂ, ਉਹਨੂੰ ਪੂਰੀਆਂ ਕਰਨ ਦੇ ਲਈ ਹੋਰ ਉਹਨਾਂ ਨੂੰ ਇੱਕ ਊਰਜਾ ਮਿਲੇਗੀ। ਸੋ ਉਹਨਾਂ ਨੂੰ ਵੀ ਵਧਾਈਆਂ, ਸਾਰੇ ਪੰਜਾਬ ਦੇ ਲੋਕਾਂ ਨੂੰ, ਤੁਹਾਨੂੰ ਵੀ ਸਾਰਿਆਂ ਨੂੰ। ਮੰਤਰੀ ਸਾਹਿਬ, ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਲੱਡੂ ਖਾ ਵੀ ਆਏ ਹੋ ਅਤੇ ਖਵਾ ਵੀ ਆਏ ਹੋ, ਪਠਾਨਕੋਟੀਆਂ ਵਾਸਤੇ ਵੀ ਕੁਝ ਲੈ ਕੇ ਆਏ? ਬਹੁਤ ਕੁਝ ਲੈ ਕੇ ਆਏ ਹਾਂ। ਅੱਜ 2.25 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੋਠੀ ਪਣਤਾ ਡੇਰੀ ਵੱਲ ਦੇ ਅੰਦਰ ਇੱਕ ਨੇਚਰ ਪਾਰਕ ਜਿਹੜਾ ਆ ਉਹਦਾ ਉਦਘਾਟਨ ਕੀਤਾ। ਸੋ ਇਹ ਲਗਭਗ 325 ਏਕੜ ਦੇ ਵਿੱਚ ਇਹ ਪਾਰਕ ਵਿਕਸਿਤ ਹੋਣਾ, ਖਾਸ ਕਰਕੇ ਇਸ ਇਲਾਕੇ ਦੇ ਜਿਹੜੇ ਨੌਜਵਾਨ ਨੇ, ਲੋਕ ਨੇ, ਜਾਂ ਜਿਹੜੇ ਕੁਦਰਤੀ ਪ੍ਰੇਮੀ ਨੇ, ਔਰ ਪਠਾਨਕੋਟ ਸ਼ਹਿਰ ਦੇ ਲੋਕਾਂ ਨੂੰ ਵੀ ਮੈਂ ਸੱਦਾ ਦਿੰਦਾ ਵੀ ਇਹ ਬਹੁਤ ਜਲਦੀ ਪਾਰਕ ਜਿਹੜਾ ਹੋਣ 'ਚ ਆ ਜਾਣਾ, ਔਰ ਤੁਸੀਂ ਇੱਥੇ ਇੱਕ ਕੁਦਰਤੀ ਮਾਹੌਲ ਦੇਖੋਗੇ। ਜੰਗਲ ਹੈ, ਜੰਗਲ ਦੇ ਅੰਦਰ 5 ਕਿਲੋਮੀਟਰ ਤੱਕ ਟਰੈਕ ਵੀ ਹੈ, ਹੁਣ ਵੀ ਅਸੀਂ ਉਸ ਟਰੈਕ 'ਤੇ ਜਾ ਰਹੇ ਹਾਂ। ਜਿਹੜਾ ਇਲੈਕਟ੍ਰੋਨਿਕ ਸਾਡਾ ਮਤਲਬ ਹੈਗਾ ਆ ਆਟੋ, ਸੋ ਇਸ ਕਿਸਮ ਦੇ 3-4 ਇੱਥੇ ਉਹ ਚੱਲਣਗੇ, ਔਰ ਇਹਦਾ ਬਹੁਤ ਹੀ ਆਨੰਦ ਆਏਗਾ ਪਠਾਨਕੋਟ ਦੇ ਲੋਕਾਂ ਨੂੰ, ਹਲਕੇ ਭੋਏ ਦੇ ਲੋਕਾਂ ਨੂੰ। ਸੋ ਲਗਭਗ ਇਹ ਪੂਰੇ ਹੀ 325 ਏਕੜ ਦੇ ਅੰਦਰ ਫੈਂਸਿੰਗ ਹੋਣੀ ਹੈ, ਔਰ ਇੱਥੇ ਜਿਹੜੇ ਜਾਨਵਰ ਨੇ, ਪੰਛੀ ਨੇ, ਮੋਰ ਹੈ, ਸਾਂਬਰ ਹੈ, ਹੋਰ ਕਈ ਤਰ੍ਹਾਂ ਦੇ ਜਿਹੜੇ ਸਾਡੇ ਜੰਗਲੀ ਕੁਦਰਤੀ ਜਿਹੜੇ ਮਤਲਬ ਸਾਡੇ ਜਾਨਵਰ ਨੇ, ਉਹਨਾਂ ਦੀ ਸੁਰੱਖਿਆ ਲਈ ਵੀ ਕਈ ਇੰਤਜ਼ਾਮ ਕੀਤੇ ਜਾ ਰਹੇ ਆ, ਉਹਨਾਂ ਨੂੰ ਹੋਰ ਪ੍ਰਮੋਟ ਕਰਾਂਗੇ। ਸੋ ਇਹ ਬਹੁਤ ਹੀ ਖੂਬਸੂਰਤ ਪਾਰਕ ਜਿਹੜਾ ਆ ਉਹ ਸਾਡੇ ਹਲਕੇ ਦੇ ਲੋਕਾਂ ਨੂੰ, ਸਾਡੇ ਜ਼ਿਲ੍ਹੇ ਦੇ ਲੋਕਾਂ ਨੂੰ ਜਿਹੜਾ ਆ ਥੋੜ੍ਹੇ ਸਮੇਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਕੇ ਉਹਨਾਂ ਨੂੰ ਮਿਲ ਜਾਣਾ। ਸੋ ਇਹ ਕਾਫੀ ਵੱਡੀ ਸੌਗਾਤ ਲੈ ਕੇ ਜਿਹੜਾ ਆ ਉਹ ਚੰਡੀਗੜ੍ਹ ਤੋਂ ਆਏ ਹਾਂ। ਮੰਤਰੀ ਸਾਹਿਬ, ਵਨ ਦੇ ਨਾਲ ਜਿਹੜਾ ਆ ਕੁਦਰਤ ਦੇ ਨਾਲ ਸ਼ੁਰੂ ਤੋਂ ਤੁਹਾਡਾ ਬਹੁਤ ਜ਼ਿਆਦਾ ਪ੍ਰੇਮ ਰਿਹਾ ਜਿੱਦਾਂ ਕਿ ਅਸੀਂ ਜਾਣਦੇ ਹਾਂ, ਅਤੇ ਹਲਕੇ ਭੋਏ ਵਾਸਤੇ ਵੀ ਕੋਈ ਸੁਗਾਤ ਹੈਗੀ ਆ, ਮਤਲਬ ਹਲਕੇ ਭੋਏ ਦੇ ਲੋਕਾਂ ਦੇ ਵਾਸਤੇ ਵੀ ਕੋਈ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੇ ਕਦਮ ਉਠਾ ਸਕਦੀ? ਨਹੀਂ, ਬਹੁਤ ਕੁਝ ਦੇਖੋ, ਜਿਹੜੇ ਗਰੰਟੀਆਂ ਸਟੈਬਲਿਸ਼ ਕਰਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅੰਦਰ ਪ੍ਰਚਾਰ ਕੀਤਾ, ਔਰ ਜਿਹਦੇ ਤੋਂ ਲੋਕਾਂ ਨੇ ਪ੍ਰਭਾਵਿਤ ਹੋ ਕੇ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਹਦੇ ਤੋਂ ਪ੍ਰਭਾਵਿਤ ਹੋ ਕੇ ਮਤਲਬ ਪੰਜਾਬ ਦੀ ਸੱਤਾ ਆਮ ਆਦਮੀ ਪਾਰਟੀ ਨੂੰ ਦਿੱਤੀ, ਔਰ ਉਸ ਗਰੰਟੀਆਂ ਨੂੰ ਬਹੁਤ ਵੱਡੀ ਪੱਧਰ 'ਤੇ ਲਾਗੂ ਕੀਤਾ ਜਾ ਰਿਹਾ। ਜੇ ਥੋੜ੍ਹੇ ਦਿਨ ਪਹਿਲਾਂ ਹੀ 600 ਯੂਨਿਟ ਬਿਜਲੀ ਦਾ ਹਰ ਪਰਿਵਾਰ ਨੂੰ ਮਿਲਣਾ ਬਿਨਾਂ ਕਿਸੇ ਭਿੰਨ ਭੇਦਭਾਵ ਤੋਂ, ਇਹ ਬਹੁਤ ਵੱਡੀ ਸੁਗਾਤ ਆ ਪੰਜਾਬ ਦੇ ਲੋਕਾਂ ਨੂੰ। ਸੋ ਭੋਆ ਵੀ, ਪਠਾਨਕੋਟ ਵੀ ਪੰਜਾਬ ਦਾ ਇੱਕ ਪਾਰਟ ਹੈਗਾ ਆ। ਆਉਣ ਵਾਲੇ ਦਿਨਾਂ 'ਚ ਈਕੋ ਟੂਰਿਜ਼ਮ ਦਾ ਬਹੁਤ ਵੱਡਾ ਪਲੈਨ ਜਿਹੜਾ ਆ ਉਹ ਤਿਆਰ ਹੈਗਾ। ਫੰਗੋਤਾ ਵੈਲੀ ਸਾਡੇ ਪੰਜਾਬ ਦਾ ਜਿਹੜਾ ਜਦੋਂ ਸ਼ੁਰੂਆਤ ਹੁੰਦੀ ਹੈ ਡਲਹੌਜ਼ੀ ਤੋਂ ਬਾਅਦ ਜਾਂ ਇੱਧਰੋਂ ਡਲਹੌਜ਼ੀ ਤੋਂ ਪਹਿਲਾਂ, ਸੋ ਇਸ ਕਿਸਮ ਦੇ ਤੀਸਰਾ ਜਿਹੜਾ ਲੀਚੀ ਜ਼ੋਨ ਆ ਸਾਡਾ, ਸਾਡੇ ਇੱਥੋਂ ਦੇ ਕਿਸਾਨਾਂ ਦੀ ਇੱਕ ਮੰਗ ਰਹੀ ਆ ਵੀ ਲੀਚੀ ਜ਼ੋਨ ਤਾਂ ਘੋਸ਼ਿਤ ਹੋ ਗਿਆ, ਲੇਕਿਨ ਲੀਚੀ ਜ਼ੋਨ ਨੂੰ ਜਿਹੜਾ ਆ ਉਹ ਪ੍ਰਮੋਟ ਕਰਨ ਦੇ ਲਈ ਜਾਂ ਉਹਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ, ਸੋ ਮਾਨਸਾ ਦੀ ਸਰਕਾਰ ਨੇ 2 ਫੂਡ ਪ੍ਰੋਸੈਸਿੰਗ ਪਲਾਂਟ ਪੰਜਾਬ ਦੇ ਅੰਦਰ ਜਿਹੜੇ ਐਲਾਨ ਦਾ ਬਜਟ ਦੇ ਵਿੱਚ ਐਲਾਨ ਕੀਤਾ, ਜਿਹੜਾ ਬਜਟ ਚੀਮਾ ਸਾਹਿਬ ਜੀ ਨੇ ਪੇਸ਼ ਕੀਤਾ, ਔਰ ਉਹਦੇ ਵਿੱਚ ਇੱਕ ਜਿਹੜਾ ਆ ਲੀਚੀ ਫੂਡ ਪ੍ਰੋਸੈਸਿੰਗ ਦਾ ਜਿਹੜਾ ਪਲਾਂਟ ਆ ਉਹ ਸਾਡੇ ਪਠਾਨਕੋਟ 'ਚ ਲੱਗਣਾ। ਉਸ ਬਹੁਤ ਵੱਡੀ ਸੁਗਾਤ ਆ ਜਿਹਦੇ ਨਾਲ ਪਠਾਨਕੋਟ ਦੀ ਲੀਚੀ ਨਾ ਕੇਵਲ ਹਿੰਦੁਸਤਾਨ 'ਚ ਬਲਕਿ ਵਿਦੇਸ਼ਾਂ 'ਚ ਜਾਏਗੀ, ਔਰ ਉਹਦੇ ਨਾਲ ਰੁਜ਼ਗਾਰ ਵੀ ਲੋਕਾਂ ਨੂੰ ਕਾਫੀ ਮਿਲੇਗਾ। ਸੋ ਇਸ ਕਰਕੇ ਇਹ ਵੀ ਪਾਰਕ ਜਿੱਥੇ ਆਪਾਂ ਅੱਜ ਹੁਣ ਮਤਲਬ ਫਿਰ ਰਹੇ ਹਾਂ ਇਹ ਵੀ ਇੱਕ ਬੜੀ ਬੜਮੁੱਲੀ ਅਤੇ ਔਰ ਸ਼ਾਨਦਾਰ ਜਿਹੜੀ ਆ ਲੋਕਾਂ ਨੂੰ ਸੁਗਾਤ ਹੈਗੀ ਆ। ਸੋ ਆਉਣ ਵਾਲੇ ਸਮੇਂ 'ਚ ਕਾਫੀ ਕੁਝ ਪੰਜਾਬ ਦੇ ਲੋਕਾਂ ਨੂੰ, ਸਾਡੇ ਜ਼ਿਲ੍ਹੇ ਨੂੰ ਮਤਲਬ ਜਿਹੜਾ ਆ ਉਹ ਮਾਨਸਾ ਉਹਨਾਂ ਦੀ ਝੋਲੀ 'ਚ ਪਾਉਣਾ। ਤੁਸੀਂ ਦੇਖੋ ਬਹੁਤ ਵੱਡੇ ਜਿਹੜੇ ਆ ਰੂਟ ਮੈਪ ਪੰਜਾਬ ਲਈ ਬਣ ਰਹੇ ਆ। ਮੰਤਰੀ ਸਾਹਿਬ, ਜਿਹੜਾ ਕੈਬਨਿਟ ਦੇ ਵਿੱਚ ਨਵਾਂ ਵਿਸਥਾਰ ਹੋਇਆ, ਨਵੇਂ 5 ਮੰਤਰੀ ਜਿਹੜੇ ਲਿਆਂਦੇ ਗਏ ਆ, ਉਹਨਾਂ ਦੇ ਜਿਹੜੇ ਆ ਕਈ ਮੰਤਰੀਆਂ ਦੇ ਜਿਹੜੇ ਆ ਉਹਦੇ ਵੀ ਜਿਹੜੇ ਆ ਉਹ ਵੀ ਤਬਦੀਲ ਕੀਤੇ ਗਏ, ਡਿਪਾਰਟਮੈਂਟ ਚੇਂਜ ਕੀਤੇ ਗਏ ਆ, ਕੀ ਲੋੜ ਪੈ ਗਈ ਉਹਨਾਂ ਚੇਂਜ ਕਰਨ ਦੀ? ਨਹੀਂ, ਚੇਂਜ ਕਿਸੇ ਦਾ ਨਹੀਂ ਕੀਤਾ, ਸਿਰਫ ਭਾਰ ਘਟਾਇਆ। 2-3 ਸਾਡੇ ਮੰਤਰੀ ਸਾਹਿਬਾਨ ਨੇ ਜਿਨ੍ਹਾਂ ਦੇ ਕੋਲ 7-7, 8-8 ਮਹਿਕਮੇ ਸੀਗੇ, ਔਰ ਇਹ ਇੰਨਾ ਚਲਾਇਆ ਨਹੀਂ ਜਾ ਸਕਦਾ। ਸੋ ਇਸ ਕਰਕੇ ਉਹਨਾਂ ਦੇ ਮਹਿਕਮੇ ਸ਼ਿਫਟ
लाजमी तौर पर होंगे आ हर सरकार होंगे महकमे बदले भी जाते हैं सो इस करके कोई आम गल्लां ने राजनीति दे अंदर सरकार दे बेअदबी का बेअदबी का मसला जिहड़ा आ काफ़ी भकया होया बेअदबी के उत्ते जिहड़ा आ जिहड़े दोषी आ उन्हां नूं 3-3 साल की और 5,000 की जिहड़ी आ जुर्माना भी किया गया सज़ा दी गई आ पर उहदे बावजूद जिहड़ा आ कई अपने कह दईए विरोधी धिर जिहड़े आ उह तंज कस रहे इस वेले उन्हां दा कहना भी पंजाब सरकार जिहड़ी आ जाण के जिहड़ा आ दोषियां नूं सज़ा नहीं देना चाहुंदी हैगी की कहना चाहुंदे हो विरोधियों ने विरोधियों फतवे तंज कसण का दिता गया है विरोधियों को हुण काम कोई नहीं हैगा तो इस करके विरोधियों का अपना काम है पर मैं समझदा भी लंबे अरसे तो बाद बेअदबी का संताप जिन्हां लोगों ने पंजाब च भोगिया है सब लोग बड़े आहत रहे इस गल दे उत्तों और मैं समझदा भी ये पहला डिसीजन आया असीं स्वागत करते हैं कुछ तो लोग सलाखां पिछे गए कुछ नूं तां सजावां मिलियां ने इंसाफ की आस बजी है और मानयोग मुख्यमंत्री सरदार भगवंत सिंह मान जी का बड़ा स्पष्ट तो इखलाकी उन्हों का फैसला हैगा भी जेडे भी बेअदबी के दोषी लोग ने बेअदबी किसी भी धर्म की हो सलाखा पिछे जाने चाहिए उन्होंने सख्त तो सख्त सजावं मिलनिया चाहिए ना मैं समझा एक गुड डिसीजन और चंगी शुरुआत हुई है सर हिमाचल के इलैक्शन भी जोड़े सिर पर है किमें देखते उन्होंने पूरी तैयारी है जी आम आदमी पार्टी हिमाचल के अंदर पूरे जोड़े वो साढ़े इस वेले वर्क ने उसे कारकुन साढ़े वलंटीयर लगे है और असी आस तो उम्मीद करते हैं भी इस बार हिमाचल के अंदर भी तब्दीली का जोड़ा समा है वो आया और हिमाचल के भी हिमाचल के लोगों की सरकार बनेगी ना कि कुछ परिवारों की जे उ रवायती पार्टियां ने जिन्हें लंबा समा हिमाचल के अंदर हुकूमत की है और अज भी बहुत सारिया समस्यावान वो जूझ रहे हैं और आम आदमी पार्टी बहुत ही शानदार प्रदर्शन कर जा रही है हिमाचल के अंदर सीएम साहब ने विआह होया है उन्होंने विआह तो बाद कई थां ढोल धमाके भी होए खुशियां भी नहीं है गया लड्डू भी वंडे गए पर कई थावां तंज भी कसे गए तो की कहना चाहते हो उन्होंने तंजा के उत्ते जो की कहना चाहते हो देखो हरेक मनुख की जिंदगी के अंदर विआह जिहड़ा आ गृहस्थी एक बड़ा हिस्टोरीकल मतलब समा हों और असी मानयोग मुख्यमंत्री जी को मुबारक दिंदे आ दिल की गहराइया तो अरदास करते हैं भी परमात्मा उन्होंने चढ़ती कला च रखे उन्होंने सेहत चंगी रहे और जोड़ी चार चंद लगन और पंजाब के लोगों ने बहुत इस गल नूं एप्रीशिएट किया और मैं समझदा भी जिहड़ा आ इहनूं खुशी वाले माहौल च लैणा चाहिए और उन्हां दा विआह आ मैं आप भी अज तुसीं मिल के आए सीगे ते मैडम होणां ने चाह बना के भी पियाई है जां मतलब किदां बिलकुल बिलकुल परिवारक चाह सीगी और बड़े हासे ठठे माहौल होए आ वो पुराना सभ्याचार जिहड़ियां घोड़ियां जिहड़े गीत असीं अपणियां मावां तों सुणदे रहे आ जां अज तों 30-40-50 साल पहलों साडे विआहां शादियां विच पाए जांदे सी अज पूरा उत्थे होया चलिया और बड़ा रवायती ढंग नाल और मैं समझदा देखो एक बहुत अच्छा संदेश भी है कि एक सूबे का मुख्यमंत्री अपने परिवार के विच ही बह के जिहड़ा आ थोड़े बंदियां दे विच शादी कर रहा और इन्ना शादी मतलब जिहड़ी आ विआह जिहड़ा होया आ सिंपल विआह होया कोई मतलब किसी किस्म का पखंडवाद नहीं किया गया और मैं समझदा भी एक गुड संदेश भी है पंजाब के लोगों को भी आपां इन्ने इन्ने पैसे जिहड़े रुड़ी जाने तो बाद च मत्थे हाथ रख के जिहड़ा आ वो करजा थे लिया मैं समझता भी सू सा फंक्शन कर एक लास्ट सवाल है भी विजय सिंगला जो कैबिनेट मंत्री तो रहे तो सरकार के समय से उन्होंने उत्ते जोड़ा आ भ्रिष्ट जोड़ा वह लगा एलीगेशन लगा जिस तो बाद जो अंदर कर दिया गया हूँ विरोधी तंज कस रहे हैं भी हूँ ताकि सरकार के कुछ ही महीनों के बाहर आ गए हैं उन्होंने जमानत मिल गई है सरकार क्यों नहीं उन्होंने अगेंस्ट जोड़े आ कोई प्रूफ सॉलिड प्रूफ रख पाई नहीं देखो अदालत दे विचों विचार दे नूं मामला है इहदे ते कोई कमेंट करना चंगा नहीं लेकिन ये तुसीं देखो केड्डी वड्डी गल आ भी आम आदमी पार्टी की सरकार का मंत्री मानयोग मुख्यमंत्री जी ने खुद सस्पेंड किया जो तो पता लग्या ना उस वेले मीडिया नूं पता सीगा ना उस वेले विरोधी धिर नूं पता सी मुख्यमंत्री उन्हें दवा भी सकते ही रवायती पार्टियां दे मुख्यमंत्री वांग पर उन्होंने आप उन्हें मतलब जिहड़ा सस्पेंड किया और परचा दर्ज करा के जेल च भेजा ये मिसाली काम ने जिहड़ा आम आदमी पार्टी की सरकार जिहड़े उन्होंने किए आ सो मैं समझदा भी इहनूं इस कंटेंट च लैणा चाहिए बाकी तो अदालत का काम आ किहनूं वरी करना किहनूं छड्डना किहनूं किहनूं चार्जेस लाने एक कानून दे दायरे च आंदा और जो भी करेगा चाहे वह विरोध पक्ष का चाहे वह अपने चो भी है कानून अपना काम करेगा जिहड़े लोग करप्शन च इनवॉल्व ने वो लाजमी तौर पर जिहड़े आ वो पंजाब दे लोग उन्हां नूं सलाखां विच देखना चाहते हैं धन्यवाद सर जी तो यह सन कैबिनेट मंत्री जिन्हां नाल सारी पंजाब दे मुद्दे दे उत्ते सारी गलबात हुई है उन्होंने कहा
ਭਈ ਜਿਹੜੇ ਵੀ ਹੋਰ ਵੀ ਇਦਾਂ ਦੇ ਸ਼ਰਾਰਤੀ ਜਿਹੜੇ ਅੰਸ਼ ਹੈਗੇ ਨੇ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਨੂੰ ਨਾਸ਼ ਜਾਂ ਵਿਨਾਸ਼ ਦੀ ਵੱਲ ਲੈ ਕੇ ਜਾ ਰਹੇ ਨੇ, ਉਹਨਾਂ ਨੂੰ ਜਿਹੜਾ ਆ ਚੱਕ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਏਗਾ। ਔਰ ਭਗਵੰਤ ਮਾਨ ਜੀ ਉਹਨਾਂ ਦੇ ਜਿਹੜੇ ਵਿਆਹ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਵੀ ਬੜੇ ਪਰਿਵਾਰਕ ਇੱਕ ਸੰਦੇਸ਼ ਸੀਗਾ ਜਿਸ ਨੂੰ ਜਿਹੜਾ ਪੰਜਾਬ ਨੂੰ ਜਿਹੜਾ ਆ ਬੜੇ ਸੁਚੱਜੇ ਢੰਗ ਦੇ ਨਾਲ ਲੈਣਾ ਚਾਹੀਦਾ। ਬਣੇ ਰਹੋ ਜੀ ਦੈਨਿਕ ਸਵੇਰਾ ਨਾਲ, ਹੋਰ ਵੀ ਖਬਰਾਂ ਸਾਂਝੀਆਂ ਕਰਦਾਂਗੇ ਰਹਾਂਗੇ। ਸਤਿ ਸ਼੍ਰੀ ਅਕਾਲ। ਮੀਆਂ ਮੁਰਾਦ ਅਲੀ ਜੀ, ਖੁਦਾ ਦੇ ਘਰ ਦੇਰ ਹੈ ਅੰਧੇਰ ਨਹੀਂ, ਹਰ ਸਮੱਸਿਆ ਦਾ ਸਮਾਧਾਨ। ਸਮੱਸਿਆ ਜਿਵੇਂ ਲਵ ਮੈਰਿਜ, ਵਸ਼ੀਕਰਨ, ਕਿੱਤਾ ਕਰਾਇਆ, ਲੋਟਰੀ ਨੰਬਰ ਹੋਵੇ ਜਾਂ ਲੋਟੋ ਮੈਕਸ 649। ਮੇਰੇ ਔਰ ਮੇਰੇ ਪਤੀ ਕੇ ਬੀਚ ਮੈਂ ਬਹੁਤ ਅਨਬਨ ਰਹਿਤੀ ਥੀ, ਜਿਸਕੀ ਵਜ੍ਹਾ ਸੇ ਮੈਂ ਬਹੁਤ ਸਾਰੇ ਤਾਂਤਰਿਕੋਂ ਸੇ ਮਿਲੀ, ਪਰ ਮੁਝੇ ਕੋਈ ਸਮਾਧਾਨ ਨਹੀਂ ਮਿਲਾ। ਉਸਕੇ ਬਾਅਦ ਮੈਂ ਮੀਆਂ ਮੁਰਾਦ ਅਲੀ ਜੀ ਸੇ ਮਿਲੀ, ਜਿਸਸੇ ਕਿ ਅਬ ਮੈਂ ਆਪਣੇ ਵਿਵਾਹਿਕ ਜੀਵਨ ਮੈਂ ਬਹੁਤ ਖੁਸ਼ ਹੂੰ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ, ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋ ਨਿਪਟਾਰਾ ਕਰ ਦਿੱਤਾ, ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98417 18786 97797 24075।